ਗਲਤੀ ਨੰਮ ਦੀ ਨਹੀਂ ਆ ਵੀ ਉਹ ਕੌੜੀ ਆ ਗਲਤੀ ਤੁਹਾਡੀ ਜੀਪ ਦੀ ਆ ਵੀ ਉਹ ਮਿੱਠਾ ਪਸੰਦ ਕਰਦੀ ਆ ਅੱਜ ਸਾਡੇ ਲੋਕ ਸੱਚ ਸੁਣਨਾ ਹੀ ਨਹੀਂ ਚਾਹੁੰਦੇ ਅੱਜ ਸਾਡੇ ਲੋਕ ਕੈਪਟਨ ਬਾਦਲ ਦੇ ਪਿੱਛੇ ਜੰਨੇ ਹੋਏ ਫਿਰਦੇ ਆ ਪਰ ਯਾਰ ਮੂਰਖਾਂ ਦੀ ਬਰਾਤ ਦੇ ਨਾਲੋਂ ਸਿਆਣਿਆਂ ਦੀ ਮਕਾਨ ਚੰਗੀ ਹੁੰਦੀ ਆ ਸਸਰੀ ਗਾਲ ਮੈਂ ਤੁਹਾਡਾ ਅਰਸ਼ੁਮਰੀ ਜਣਾ ਜਿਹੜਾ ਪਿੰਡਾਂ ਦੇ ਵਿੱਚ ਸਾਈਕਲ ਤੇ ਹੋਕਾ ਦੇ ਕੇ ਲੋਕਾਂ ਨੂੰ ਜਾਗਰੂ ਕਰਦਾ ਵਾਂ ਅੱਜ ਵੀ ਮੈਂ ਗੱਲ ਕਰਨ ਲੱਗਾ ਹਾਂ ਵੀ ਆਪਣੇ ਜਿਹੜੇ ਪੰਜਾਬ ਦੇ ਕੁਝ ਐ ਮੁੱਦਿਆਂ ਦੀ ਅੱਜ ਕੀ ਆ ਬਾਈ ਸਾਰੇ ਪੰਜਾਬ ਨੂੰ ਨੌਕਰੀ ਮਿਲ ਗਈ ਆ ਪਰ ਦੋ ਬੰਦੇ ਨੌਕਰੀ ਕੰਨੀ ਹੋ ਰਹਿ ਗਏ ਸੀਗੇ ਅੱਜ ਉਹਨਾਂ ਨੂੰ ਜਿਹੜੀ ਨੌਕਰੀ ਦਿੱਤੀ ਗਈ ਆ 2 ਜੂਨ ਅੱਜ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਮੁੱਖ ਮੰਤਰੀ ਆਪਦੇ ਰੁੱਸੇ ਹੋਏ ਐਮ ਐਲ ਏ ਜਿਹਦੇ ਵਿੱਚ ਬਾਜਵਾ ਆ ਜਾਂਦਾ ਜਿਹਦੇ ਵਿੱਚ ਪਾਂਡੇ ਆ ਜਾਂਦਾ ਅੱਜ ਪਾਂਡੇ ਦੇ ਮੁੰਡੇ ਨੂੰ ਜਿਹੜੀ ਮਾਲਾ ਤਹਿਸੀਲਦਾਰ ਦੀ ਜਿਹੜੀ ਨੌਕਰੀ ਉਹ ਦਿੱਤੀ ਗਈ ਆ ਤੇ ਜਿਹੜਾ ਬਾਜਵਾ ਬਾਜਵੇ ਦੇ ਮੁੰਡੇ ਨੂੰ ਸੱਦਾ ਡੀਐਸਪੀ ਲਾਇਆ ਗਿਆ ਵਾ ਕਿਉਂਕਿ ਇਹ ਦੋ ਹੀ ਨੌਜਵਾਨ ਰਹਿ ਗਏ ਸੀ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਸੀ ਬਾਕੀ ਸਾਰੇ ਪੰਜਾਬ ਦੇ ਵਿੱਚ ਘਰ ਘਰ ਜਿਹੜੀ ਨੌਕਰੀ ਉਹ ਪੌਣ ਦੀ ਕਰਤੀ ਸੀ ਘਰ ਘਰ ਦੇ ਵਿੱਚੋਂ ਨਸ਼ਾ ਖਤਮ ਕਰਤਾ ਸੀ ਆ ਪਰ ਗੱਲ ਕੀ ਆ ਸਾਡੇ ਜਿਹੜੇ ਲੋਕ ਆ ਗੱਲ ਸ਼ੇਅਰ ਕਰਨੀ ਵੀ ਪਸੰਦ ਨਹੀਂ ਕਰਦੇ ਕਿਉਂਕਿ ਇਹ ਕੈਪਟਨ ਬਾਦਲ ਦੇ ਚੇਲੇ ਬਣ ਗਏ ਇਹਨਾਂ ਨੂੰ ਲੱਗਦਾ ਵੀ ਕੈਪਟਨ ਬਾਦਲ ਹੀ ਪੰਜਾਬ ਦਾ ਭਲਾ ਕਰ ਸਕਦੇ ਆ ਹੁਣ ਤੁਸੀਂ ਦੇਖ ਲਓ ਹੁਣ ਅੱਗੇ ਝੋਨਾ ਆ ਜਾਣਾ ਵਾ ਝੋਨਾ ਲਾਉਣਾ ਕਿਹਨੇ ਆ ਯਾਰ ਝੋਨੇ ਦੀਆਂ ਵੱਟਾਂ ਕਿਹਨੇ ਪੋਚਣੀਆਂ ਜਿਨ੍ਹਾਂ ਨੇ ਐਮਫਲ ਕੀਤੀ ਹੋਣੀ ਆ ਜਿਨ੍ਹਾਂ ਨੇ ਐਮਏ ਕੀਤੀ ਆ ਜਿਨ੍ਹਾਂ ਨੇ ਐਮਐਸਸੀ ਕੀਤੀ ਆ ਜਿਨ੍ਹਾਂ ਨੇ ਵੱਡੀਆਂ ਵੱਡੀਆਂ ਡਿਗਰੀਆਂ ਕੀਤੀਆਂ ਨੇ ਬੀਏਡ ਵਾਲੇ ਮਾਸਟਰ ਡਿਗਰੀ ਵਾਲੇ ਬੰਦੇ ਉਹ ਬੰਦੇ ਝੋਨਾ ਲਾਉਂਦੇ ਦਿਸਣਗੇ ਉਹ ਬੰਦੇ ਝੋਨੇ ਦੀਆਂ ਵੱਟਾਂ ਪੋੜਦੇ ਦਿਸਣਗੇ ਪਰ ਸਾਡੇ ਯਾਰ ਮੂਰਖ ਲੋਕ ਬੇਈਮਾਨ ਲੋਕ ਜਿਹੜੇ ਵੋਟਾਂ ਵਾਲੇ ਬੇਈਮਾਨ ਹੋ ਜਾਂਦੇ ਆ ਤੇ ਬਾਅਦ ਵਿੱਚ ਜਿਹੜੇ ਲੀਡਰ ਆ 5 ਸਾਲ ਉਹ ਬੇਈਮਾਨ ਹੋ ਜਾਂਦੇ ਆ ਹਨਾ ਫਰਕ ਕੋਈ ਨਹੀਂ ਹੈਗਾ ਅਸੀਂ ਉਦਾਂ ਦੀਆਂ ਸਰਕਾਰਾਂ ਡੀਰਬ ਕਰਦੇ ਆ ਜਿੱਦਾਂ ਦੇ ਅਸੀਂ ਆਪ ਹੁਣ ਕੱਲ ਪਰਸੋ ਕੰਗਣਾ ਰਣੌਤ ਵੀ ਉਥੇ ਦਰਬਾਰ ਸੇਵਾ ਜੀ ਦਰਬਾਰ ਸੇਵਾ ਮੈਂ ਤਾਂ ਭਰਾਵੋ ਪੰਜਾਬੀਆਂ ਦਾ ਧੰਨਵਾਦ ਕਰਦਾ ਵੀ ਤੁਸੀਂ ਉਹਦਾ ਵਿਰੋਧ ਨਹੀਂ ਕੀਤਾ ਕਿਉਂਕਿ ਉਹ ਆਈ ਸੀਗੀ ਵੀ ਮਸਲਾ ਆਪਾਂ ਖੇ ਤੇ ਉਹਦੇ ਵਿੱਚ ਕੀ ਆ ਕੰਗਣਾ ਅਨਾਵਦੀ ਜਿਹੜੀ ਬੱਲੇ ਬੱਲੇ ਹੋਵੇ ਤੇ ਪੰਜਾਬੀਆਂ ਨੂੰ ਫਿਰ ਢਾ ਲੱਗੇ ਦਰਬਾਰ ਸਾਹਿਬ ਆ ਕੇ ਹਰੇਕ ਨੂੰ ਸਨਮਾਨ ਮਿਲਣਾ ਚਾਹੀਦਾ ਤੇ ਉਹ ਤੁਸੀਂ ਸਨਮਾਨ ਦਿੱਤਾ ਤੁਸੀਂ ਬੜੇ ਸਿਆਣੇ ਹੋ ਬਾਈ ਪੱਕੀ ਗੱਲ ਆ ਹੁਣ ਤੁਸੀਂ ਸਮਝ ਗਏ ਮੈਨੂੰ ਲੱਗਦਾ ਵਾ ਪਰ ਕੀ ਅੱਜ 2 ਜੂਨ ਆ 1 ਜੂਨ ਤੋਂ ਲੈ 1 ਜੂਨ ਤੋਂ ਲੈ ਕੇ 6 ਜੂਨ ਤੱਕ ਮਾਝੇ ਦੀ ਧਰਤੀ ਦੇ ਬਰਾਤਾਂ ਨਹੀਂ ਚੜ੍ਹਦੀਆਂ ਸੀ ਇਹ ਕਿਉਂ ਨਹੀਂ ਚੜ੍ਹਦੀਆਂ ਸੀ 1 ਤਰੀਕ ਤੋਂ ਲੈ ਕੇ 6 ਜੂਨ ਤੱਕ ਮਾਝੇ ਦੇ ਲੋਕਾਂ ਨੇ ਆਪਦੀ ਜੜੀਆਂ ਧੀਆ ਨਾ ਉਹਨਾਂ ਦੇ ਨਾਲ ਬੰਬ ਬੰਨ ਕੇ ਨਾ ਉਹਨਾਂ ਨੂੰ ਹਿੰਦ ਦੀ ਫੌਜ ਜਿਹੜੇ ਟੈਂਕ ਕਾਂਦੇ ਉੱਤੇ ਸੁੱਟਿਆ ਸੀਗਾ ਦੇਖੋ ਕਿੰਨੇ ਬਹਾਦਰ ਲੋਕ ਆ ਸਾਡੀ ਕੌਮ ਦੇ ਵਿੱਚ ਜਿਨ੍ਹਾਂ ਨੇ ਆਪਦੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ ਪਰ ਕੀ ਆ ਯਾਰ ਗਦਾਰਾਂ ਨੂੰ ਅਸੀਂ ਫਿਰ ਕੁਰਸੀਆਂ ਤੇ ਬਹਾ ਲਿਆ ਇਹ ਉਹੀ ਦਿਨ ਆ ਅੱਜ ਦੇ ਦਿਨ ਵਿਰਸਾ ਬਲਟੋਆ ਤੇ ਹਰਮੰਦਰ ਗੱਲੜਾ ਐਮ ਐਲ ਏ ਪੱਟੀ ਦਾ ਆਪਾਂ ਉਹਨਾਂ ਬੰਦੇ ਨੂੰ ਐਮ ਐਲ ਏ ਐਮ ਪੀ ਬਣਾ ਲਿਆ ਸੰਸਦ ਦੇ ਵਿੱਚ ਭੇਜਦਾ ਵਿਧਾਨ ਸਭਾ ਦੇ ਵਿੱਚ ਭੇਜਦਾ ਪਰ ਜਿਹੜੇ ਬੰਦੇ ਆ ਰਸੰਤਾਂ ਦੇ ਨਹੀਂ ਹੋਏ ਤੁਸੀਂ ਕਿਵੇਂ ਸੋਚ ਲਿਆ ਵੀ ਤੁਹਾਡੇ ਉਹ ਹੋ ਜਾਣਗੇ ਉਹੀ ਹਰਮੰਦਰ ਗੱਲਾ ਉਹੀ ਵਿਰਸਾ ਬਲਟੋਆ ਵਾ ਇਹੀ ਬੰਦੇ ਤੁਹਾਡੇ ਪੁੱਤ ਮਰਵਾਉਂਦੇ ਆ ਤੇ ਇਹੀ ਬੰਦੇ ਪਹਿਲਾਂ ਨਸ਼ਾ ਵਕਾਉਂਦੇ ਆ ਤੇ ਮੁੜ ਕੇ ਤੁਹਾਡੇ ਭੋਗਾਂ ਤੇ ਤੁਹਾਡੇ ਵਿਆਹਾਂ ਤੇ ਸ਼ਰੀਕ ਬਣ ਕੇ ਸੋਗ ਕਰਨ ਆ ਜਾਂਦੇ ਆ ਹਨਾ ਖੁਸ਼ੀ ਵਿੱਚ ਸਾਂਝੇ ਹੋਣ ਆ ਜਾਂਦੇ ਆ ਮੁੜ ਕੇ ਵੋਟਾਂ ਮੰਗਦੇ ਆ ਵੀ ਤੁਹਾਡੇ ਨਾਲ ਖੜੇ ਨਹੀਂ ਸੀਗੇ ਤੁਹਾਡੇ ਵਿਆਹ ਤੇ ਨਹੀਂ ਆਏ ਸੀਗੇ ਵੀ ਤੁਹਾਡੇ ਤੋਂ ਜਿਹੜੀਆਂ ਤੁਹਾਡੇ ਭੋਗ ਤੇ ਨਹੀਂ ਆਏ ਸੀਗੇ ਪਰ ਅਸੀਂ ਮੂਰਖ ਲੋਕ ਫਿਰ ਇਹਨਾਂ ਦੇ ਚੱਕਰ ਵਿੱਚ ਫਸ ਜਾਂਦੇ ਆਂ ਭਰਾਵੋ بچੋ ਯਾਰ ਬਚਾਓ ਪੰਜਾਬ ਕਿੰਨਾ ਚਿਰ ਧੋਖੇਬਾਜ਼ ਗਦਾਰਾਂ ਦੇ ਹੱਥ ਤੁਸੀਂ ਪੰਜਾਬ ਦੇਓਗੇ ਅੱਜ ਤੁਸੀਂ ਦੇਖ ਲਓ ਜਰਨਲ ਐਡਵਾਈਜ਼ਰ ਉਹਨੂੰ ਜਿਹੜਾ ਸਨਮਾਨਤ ਕਰਨ ਵਾਲਾ ਬੰਦਾ ਪੰਜਾਬ ਦਾ ਉਹਦਾ ਜਿਹੜਾ ਪੋਤਾ ਮੁੱਖ ਮੰਤਰੀ ਆ ਤੇ ਅੱਜ ਇਹ ਦੇਖ ਲਓ ਜਿਹਨੇ ਮੰਨ ਲਾ ਜਰਨਲ ਡਿਵਾਈਜ਼ਰ ਨੂੰ ਆਪਦੇ ਘਰੇ ਖਾਣਾ ਖਵਾਇਆ ਉਹਦਾ ਜਿਹੜਾ ਪੋਤਾ ਵਾ ਅੱਜ ਮੰਨ ਲਾ ਐਮਪੀ ਵੀ ਆ ਐਮਐਲਏ ਵੀ ਆ ਪਹਿਲਾਂ ਮਾਲ ਮੰਤਰੀ ਵੀ ਰਿਹਾ ਮਜੀਠੀ ਆ ਉਹਦੇ ਨਾਲ ਹੀ ਅੱਜ ਦੇਖ ਲਓ ਉਦਮ ਸਿੰਘ ਜੀ ਨੇ ਜਾ ਕੇ ਗੋਲੀ ਮਾਰੀ ਸੀ ਲੰਡਨ ਦੇ ਵਿੱਚ ਜਰਨਲ ਡਵਾਈਰ ਨੂੰ ਉਹਦਾ ਜਿਹੜਾ ਪੋਤਾ ਦਿਹਾੜੀਆਂ ਕਰਦਾ ਵਾ ਇਹ ਸਾਡਾ ਸਲੂਕ ਆ ਸਾਡਾ ਰਸੂਖ ਆ ਜਿਹੜਾ ਅਸੀਂ ਸਾਡੇ ਲਈ ਬੰਦਾ ਲੜਦਾ ਨਾ ਅਸੀਂ ਉਹਨੂੰ ਉਹ ਆਉਧਾ ਦਿੰਨੇ ਆ ਵੀ ਉਹ ਦਿਹਾੜੀਆਂ ਜੋਗਾ ਰਹੇ ਜੇ ਉਹਦੀ ਅਸੀਂ ਵੀਡੀਓ ਵੀ ਸ਼ੇਅਰ ਨਹੀਂ ਕਰਦੇਗੇ ਪਰ ਤੁਹਾਨੂੰ ਪਤਾ ਵਾਜਦੇ ਦੇਣ ਯਾਰ ਹਰਮੰਦਰ ਸਾਹਿਬ ਦੇ ਉੱਤੇ ਕਿੰਨੀਆਂ ਗੋਲੀਆਂ ਚੱਲੀਆਂ ਸੀਗੀਆਂ ਤੁਹਾਨੂੰ ਪਤਾ ਵਾ ਉੱਥੇ ਕਿੰਨੇ ਲੋਕ ਅੱਜ ਦੇ ਦਿਨ ਸ਼ਹੀਦ ਹੋ ਗਏ ਸੀਗੇ ਹਨਾ ਵੀ ਉਹ ਕੰਮ ਕੀਤਾ ਸੀ ਹਿੰਦ ਫੌਜ ਦਾ ਉਹ ਚ ਹਿੱਸਾ ਕਿਹਨੇ ਪਾਇਆ ਭਾਜਪੇ ਭਾਜਪਾਈਆਂ ਨੇ ਕਾਂਗਰਸੀਆਂ ਨੇ ਸਾਰੇ ਨੇ ਹਿੱਸਾ ਪਾਇਆ ਰਲ ਕੇ ਦਰਬਾਰ ਸਾਹਿਬ ਨੂੰ ਢਾ ਢਾਇਆ ਗਿਆ ਗੋਲੀਆਂ ਚਲਾਈਆਂ ਗਈਆਂ ਤਸ਼ੱਦਦ ਢਾਇਆ ਅੱਜ ਦੇ ਦਿਨ ਪੰਜਾਬ ਦੇ 72 ਗੁਰਦੁਆਰੇ ਹਿੰਦ ਫੌਜ ਨੇੜੇ ਢਾਤੇ ਸੀਗੇ ਉਹਨਾਂ ਨੇ ਆਪ ਦਾ ਕਬਜ਼ਾ ਕਰ ਲਿਆ ਸੀਗਾ ਪਰ ਕੀ ਅਸੀਂ ਲੜਦੇ ਜ਼ਰੂਰ ਆ ਪਰ ਸਾਡੇ ਚ ਇਕਤਾ ਨਹੀਂ ਹੈਗੀ ਅਸੀਂ ਬੇਈਮਾਨ ਆ ਬੇਈਮਾਨ ਤਾਂ ਵੋਟਾਂ ਮਿਲੇ ਅਸੀਂ ਬਈ ਬੇਈਮਾਨ ਆ ਜਦੋਂ ਵੋਟਾਂ ਲੰਘ ਜਾਂਦੀਆਂ ਨੇ ਸਾਡੇ ਲੀਡਰ ਬੇਈਮਾਨ ਹੋ ਜਾਂਦੇ ਆ ਇਸੇ ਕਰਕੇ ਮੈਨੂੰ ਲੱਗਦਾ ਵੀ ਮੇਰੀ ਜਿਹੜੀ ਵੀਡੀਓ ਕਿਸ ਨੇ ਸ਼ੇਅਰ ਵੀ ਨਹੀਂ ਕਰਨੀ ਕਿਉਂਕਿ ਚਿੱਤ ਵਿੱਚ ਬੇਈਮਾਨੀ ਆ ਇਹ ਕੈਪਟਨ ਬਾਦਲ ਖਿਲਾਫ ਸੋਨਾ ਹੀ ਨਹੀਂ ਚਾਹੁੰਦੇ ਪਰ ਭਰਾਵੋ ਬਖਸ਼ੋ ਯਾਰ ਕਿੰਨਾ ਚਿਰ ਤੁਹਾਡੇ ਪਿੱਛੇ ਲੜਦੇ ਰਾਵਾਂਗੇ ਪਰ ਇੱਕ ਗੱਲ ਹੋਰ ਵੀ ਆ ਸਾਡਾ ਕੰਮ ਆ ਲੜਨਾ ਤੁਹਾਡੇ ਪਿੱਛੇ ਲੜਾਂਗੇ ਜ਼ਰੂਰ ਮਰਾਂਗੇ ਪਰ ਕੀ ਇਤਿਹਾਸ ਦੇ ਵਿੱਚ ਨਾਂ ਵੀ ਲਿਖਿਆ ਜਾਊਗਾ ਵੀ ਬੰਦਾ ਲੋਕਾਂ ਵਾਸਤੇ ਲੜਦਾ ਮਰ ਗਿਆ ਪਰ ਉਹ ਜਿਹੜਾ ਨਾਮ ਆ ਦੇਖਣ ਲਈ ਮੈਂ ਰਹਿਣਾ ਨਹੀਂਗਾ ਹਨਾ ਇਤਿਹਾਸ ਦੇ ਵਿੱਚ ਜਰੂਰ ਨਾ ਹੋਊਗਾ ਭਾਈ ਪਲੀਜ਼ ਯਾਰ ਆਪ ਦਾ ਜਿਹੜਾ ਆਪ ਦੇ ਆਪ ਨੂੰ ਬਦਲੋ ਆਪਦੇ ਨਿੱਜੀ ਸਵਾਰਥ ਛੱਡੋ ਇਹਨਾਂ ਮਾੜੇ ਬੰਦਿਆਂ ਦੇ ਖਿਲਾਫ ਡੱਟ ਕੇ ਆਵਾਜ਼ ਬੁਲੰਦ ਕਰੋ ਇੱਥੇ ਅੱਜ ਕੱਲੇ ਅਰਸ਼ ਦੀ ਲੋੜ ਨਹੀਂ ਆ ਇੱਥੇ ਲੋੜ ਆ ਪੰਜਾਬ ਦੇ 2.5-3000 ਮੁੰਡੇ ਕੁੜੀਆਂ ਦੀ ਜਿਹੜੇ ਡੱਟ ਕੇ ਜਿਹੜੀ ਆਪਦੀ ਆਵਾਜ਼ ਬੁਲੰਦ ਕਰਨ ਆ ਮੇਰਾ ਸਾਈਕਲ ਖੜਾ ਵਾ ਪਿੰਡਾਂ ਵਿੱਚ ਸਾਇਕਲ ਤੇ ਹੋਕਾ ਦੇਣ ਜਾਈਦਾ ਤੇ ਮੈਂ ਨਹੀਂ ਕਹਿੰਦਾ ਵੀ ਇਹ ਰਤਬਾ ਇਕੱਲਾ ਮੈਂ ਹੀ ਅਸਲ ਕਰਨਾ ਹੋਕੇ ਵਾਲਾ ਤੁਸੀਂ ਵੀ ਸ਼ੁਰੂ ਕਰੋ ਆਪਾਂ ਜਿਹੜਾ ਪੰਜਾਬ ਬਚਾਈਏ ਕਿਉਂਕਿ 22 ਲੰਘ ਗਈ 27 ਆਉਣੀ ਨਹੀਂ ਭਰਾਵੋ ਤਕੜੇ ਹੋ ਜੋ ਆਪਦੇ ਵਿੱਚ ਜੋਸ਼ ਭਰ ਲਓ ਕਹਿਣ ਦੀ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਬਚਾ ਲਈਏ ਇੰਨਾ ਹੀ ਬਹੁਤ ਆ ਆਪਦੀ ਪੀੜ੍ਹੀ ਬਚਾ ਲਈਏ ਆਪਦੀ ਭਾਸ਼ਾ ਬਚਾ ਲਈਏ ਆਪਦੀ ਹੋਂਦ ਬਚਾ ਲਈਏ